जलंधर के लतीफपुरा के एक घटना वापरी सी जिसन लैके सारे लोग निखेधी कर रहे थे। लोगों के घाटा दिते गए थे, लोग बेघर हुए थे। तो हूँ एक मामला सामने आया अमृतसर तो, जिथे कि लोग ये दसते हैं कि कई साल पहला लतीफपुरा वर्गी घटना अमृतसर के हुई सी, जिस उन्होंने कांग्रेस पार्टी के दोष लाए हैं कि कांग्रेस पार्टी की उस समय सरकार सी जो अमृतसर के कई लोगों को बेघर कराया गया। तो उस मौके पर चश्मदीदा ने यह सारी घटना बारे जानकारी दी है कि कुछ कहा तो सुना दें। अमरिंदर सिंह ठीक है जी, अहीं उदों ओजला साहब को भी गए हाँ कलों जो इन्हें सरकार हाँ जी अज त की गई आ कि सर कि सानू शायद ओजला साहब ने बारे जानकारी नहीं हैगी ठीक है, तो ज्यादा बारे पता नहीं है हूँ ये आप जो इन्हें सरकार उदों ही मिले आप ठीक है जी। हूँ कॉन्फ्रेंस की हूँ भी जाके मिलेंगे, ये नहीं कि मिलना मिलेंगे उन्होंने अपने अपने डॉक्यूमेंट देवे उन्होंने कि सू कोर्ट राही सू इंसाफ मिले वा नंदया करो कलंदया ना करो दे बरखला टोटल हजे टोटल 23 किले आ जी 18 किलिया का हाई कोर्ट पेंडिंग केस चल रहा है। 144 लगातार ही ਤੁਹਾਨੂੰ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਜਾ ਰਿਹਾ ਸੀਗਾ ਕਿ ਤੁਸੀਂ ਉਹਨਾਂ ਦੇ ਨਜ਼ਦੀਕੀ ਹੋ ਤਾਂ ਕਰਕੇ ਤੁਹਾਨੂੰ ਜਿਹੜਾ ਆ ਉਹ ਫੇਵਰ ਮਿਲ ਰਿਹਾ, ਇਹ ਕਿੰਨਾ ਕੁ ਸੱਚਾਈ ਹੈ ਜੀ? ਨਹੀਂ ਜੀ ਨਹੀਂ, ਐਸੀ ਤੇ ਸਾਰੀ ਗੱਲਾਂ ਝੂਠੀਆਂ। ਵੇਖੋ ਜਦੋਂ ਫਰਿਆਦ ਆਪਾਂ ਲਿਖੇ ਆ ਜਦੋਂ ਡਾਕਟਰ ਰਾਜ ਕੁਮਾਰ ਦਾ ਉਦੋਂ ਵੀ ਜਾਂਦੇ ਰਹੇ ਹਾਂ। ਵੇਖੋ ਅੱਜ ਵੀ ਕੋਈ ਮੁਸ਼ਕਲ ਹੁੰਦੀ ਆ, ਅਸੀਂ ਤੇ ਐਮਐਲਏ ਕੋਲ ਜਾਣਾ ਫਰਿਆਦ ਲਿਖੇ ਠੀਕ ਹੈ ਜੀ। ਉਹਨਾਂ ਨੇ ਵੇਖੋ ਚਲੋ ਆਮ ਪਾਰਟੀ ਉਹਨਾਂ ਨੇ ਵੀ ਜਿਹੜਾ ਕਾਨੂੰਨ ਤੋਂ ਬਾਅਦ ਥੋੜਾ ਜਾਣਾ, ਜਿਹੜੇ ਕਾਨੂੰਨ ਹੱਕ 'ਚ ਹੋਇਆ ਜਿਹੜੀ ਆਪਣੇ ਡਿਗਰੀ ਹੱਕ 'ਚ ਹੋਈ ਆ ਅਸੀਂ ਤਾਂ ਉਹਦੇ ਬਾਰੇ ਗੱਲ ਕਰਾਂਗੇ। परिवार धक्के खा रहा वा अज जिन्ना छत नहीं हैगी परिवार उत्थे रहणगा जी अपनी जगह च रहणगे। ਲਖੀਮਪੁਰ ਦਾ ਬੜਾ ਰੋਲਾ ਪਾਇਆ ਸੀ ਕਾਂਗਰਸ ਨੇ, ਕੀ ਲੱਗਦਾ ਹੈ ਕਿ ਇਹ ਦੂਸਰਾ ਲਖੀਮਪੁਰ ਆ ਜਿਵੇਂ ਤੁਸੀਂ ਕਹਿੰਦੇ ਸੋ ਪਰਿਵਾਰ ਜਿਹੜਾ ਸੀਗਾ ਉਹ ਕੱਢਿਆ ਉੱਥੋਂ? ਹਾਂਜੀ ਕੱਢਿਆ ਜੀ ਜ਼ਰੂਰ ਜੀ, ਇਹ ਗੱਲੀ ਕੋਈ ਗੱਲ ਸੱਚ ਆ ਜੀ। ਅੱਜ ਵੀ ਸਾਡਾ ਪਰਿਵਾਰ ਸੋ ਪਰਿਵਾਰ ਭੁੱਖੇ ਮਰਨ ਦੇ ਆ ਇਹ ਜਗ੍ਹਾ ਤੇ, ਜਿਹੜੇ ਵੇਖੋ ਜਿਹੜੇ ਅੰਸਰ ਉੱਥੇ ਬੈਠੇ ਆ ਉਹ ਤੇ ਵੜਨ ਵੀ ਨਹੀਂ ਦਿੰਦੇ ਸਾਨੂੰ, ਉਹਨਾਂ ਕੋ ਖਤਰਾ ਹੈਗਾ ਵਾ। ਉਹ ਜਿਹੜਾ ਸਾਡਾ ਵਿਰੋਧ ਕਰਦੇ ਆ ਕਿ ਵੇਖੋ ਸਾਡਾ ਚਾਚਾ ਜੀ ਬਜ਼ੁਰਗ ਹੈਗੇ ਆ ਠੀਕ ਹੈ ਜੀ, ਉਹ ਵੀ ਦਿਹਾੜੀ ਟੱਪਾ ਲਾਉਂਦੇ ਆ, ਉਹ ਜਾਂਦੇ ਆ, ਉਹਨਾਂ ਨੂੰ ਕਹਿੰਦੇ ਤੂੰ ਪੈਲੀ 'ਚ ਕੀ ਕਰਨਾ ਆ ਵਾ, ਸਾਨੂੰ ਤਾਂ ਉਹਨਾਂ ਕੋਲ ਡਰ ਸਾਡੀ ਜ਼ਮੀਨ ਆ, ਅਸੀਂ ਬੋਨੇ ਸਾਨੂੰ ਉਹਨਾਂ ਨੂੰ ਪੈਣੀ ਕਾਹਦਾ ਦੋਸ, ਉਹਨਾਂ ਖੁਦ ਆਪਣੀ ਆਪਣੀ ਜਗ੍ਹਾ ਦਾ ਜਿੱਥੇ ਪਲਾਟ ਆ ਉਹਦਾ ਕੁਛ ਨਹੀਂ ਹੈਗਾ, ਤੁਹਾਡੇ ਸਾਡੇ ਕੋਲ ਫਿਰ ਸਭ ਕੁਛ, ਸਾਡੇ ਕੋਲ ਮਾਲਕੀ ਆ, ਸਾਡੇ ਕੋਲ ਸਭ ਕੁਛ ਆ, ਅਤੇ ਜਿੰਨਾ ਕੁਛ ਨਹੀਂ ਹੈਗਾ ਜਿਹੜੇ ਪਲਾਟ ਉੱਥੇ ਬਣੇ ਪਏ ਆ ਉਹ ਸਾਡਾ ਵਿਰੋਧ ਕਰਦੇ ਆ, ਸਾਨੂੰ ਡਰ ਕੀ ਜਿਹੜੇ ਪਲਾਟ ਵਾਲੇ ਉਹਨਾਂ ਨਾਲ ਤੁਸੀਂ ਗੱਲਬਾਤ ਕਰੋਗੇ ਕਿ ਇਹ ਤੁਹਾਨੂੰ ਕਿਸ ਤਰ੍ਹਾਂ ਸੋਲਡ ਕਰਦੇ ਜਾਂ ਕੋਈ ਕੋਈ ਪ੍ਰੂਫ ਮੰਗੋਗੇ ਉਹਨਾਂ ਕੋਲ? ਵੇਖੋ ਉਹਨਾਂ ਨਾਲ ਸਾਡੇ ਨਾਲ ਕੋਈ ਮੀਟਰ ਨਹੀਂ ਹੈ ਜੀ ਠੀਕ ਹੈ ਜੀ, ਨਾ ਸਾਡੇ ਨਾਲ ਹੈਗਾ ਜੀ ਠੀਕ ਹੈ। ਉਹਨਾਂ ਸਰਕਾਰ ਕੋਲ ਲਿਆ ਵਾ ਪੈਸਾ, ਸਰਕਾਰ ਨੂੰ ਦਿੱਤਾ ਵਾ ਉਹ ਉਹਨਾਂ ਨਾਲ, ਉਹ ਮੀਟਰ ਉਹਨਾਂ ਨੇ ਚੱਲੇ, ਗੱਲ ਉਹਨਾਂ ਨੇ ਕਰਨ, ਇਹ ਸਾਡੇ ਨਾਲ ਵੈਸੇ ਗੱਲ ਕਰਨ ਦਾ ਇਹਨਾਂ ਦਾ ਮਤਲਬ ਨਹੀਂ ਆ, ਇਹਦੇ ਜਾਣ ਕੇ ਸਾਨੂੰ ਦਬਾਇਆ ਜਾਂਦਾ ਵਾ। ਸਾਹਿਬ ਨੇ ਰੱਖਿਆ ਸ਼ਾਮ ਲਾਲ ਜੀ ਨੇ, ਮੈਂ ਸਮਝਦਾ ਪ੍ਰੈਸ ਦੇ ਸਾਥੀ ਭਲੀ ਭਾਤੀ ਜਾਣਗੇ ਹੁਣੇ ਵੀ ਕਿੱਥੇ ਗਲਤੀ ਆ, ਕਿਹੜਾ ਰੌਂਗ ਕਿਹੜਾ ਸਹੀ, ਪਰ ਦੁੱਖ ਦੀ ਗੱਲ ਇਹ ਆ ਕਿ ਇਸ ਪਰਿਵਾਰ ਨੂੰ ਦਬਾਇਆ ਜਾ ਰਿਹਾ ਔਰ ਇਹਦੇ ਵਿੱਚ ਕੁਛ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਇਨਵੋਲਵ ਆ, ਜੋ ਪਤਾ ਚੱਲਿਆ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਉਜਲਾ ਜੀ, ਰਮਨ ਬਖਸ਼ੀ ਜੀ, ਮੈਂ ਸਮਝਦਾ ਕਿ ਸ਼ਾਇਦ ਉਹਨਾਂ ਨੂੰ ਕੋਈ ਅਧੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ, ਉਹ ਪੂਰੀ ਜਾਣਕਾਰੀ ਸਹੀ ਲੈ ਲੈਣ ਮੀਡੀਆ ਦੇ ਸਾਥੀਆਂ ਤੋਂ ਜਾਂ ਸਾਡੇ ਕੋਲ ਡਾਕੂਮੈਂਟਸ ਲੈ ਲੈਣ ਜੋ ਮੀਡੀਆ ਨੂੰ ਅਸੀਂ ਪ੍ਰੋਵਾਈਡ ਕੀਤੇ ਆ, ਉਹਦੇ ਬਾਅਦ 'ਚੋਂ ਅਗਰ ਉਹ ਚਾਹੁੰਦੇ ਆ ਤਾਂ ਬੈਠ ਕੇ ਟੇਬਲ ਟਾਕ ਸਾਡੇ ਨਾਲ ਕਰ ਸਕਦੇ ਆ। ਇਹਦੇ ਬਾਵਜੂਦ ਵੀ ਅਗਰ ਜੇ ਕੋਈ ਇਹਨਾਂ ਨਾਲ ਧੱਕਾ ਕਰਨ ਦੀ ਗੱਲ ਕਰੇਗਾ ਤਾਂ ਅੰਬੇਡਕਰ ਸਮਾਜ ਦਲ ਜਿਹੜਾ ਇਹਦੇ ਲਈ ਵੀ ਲਾਮਬੰਦ ਹੋ ਕੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ ਜਾਣਗੀਆਂ, ਧਾਰਮਿਕ ਸਮਾਜਿਕ ਰਾਜਨੀਤਿਕ ਲੋਕਾਂ ਨੂੰ ਇਕੱਠੇ ਕੀਤਾ ਜਾਏਗਾ ਔਰ ਜਲਦੀ ਹੀ ਅਸੀਂ ਆਪਣਾ ਡੈਪੋਟੇਸ਼ਨ ਲੈ ਕੇ ਮਾਨਯੋਗ ਰਾਹੁਲ ਗਾਂਧੀ ਜੀ ਨੂੰ ਵੀ ਮਿਲਾਂਗੇ ਔਰ ਸਾਰੀ ਗੱਲ ਦੱਸੀ ਜਾਏਗੀ ਕਿ ਕਿਸ ਤਰ੍ਹਾਂ ਦਲਿਤ ਸਮਾਜ ਨਾਲ ਜਿਹੜਾ ਉਹ ਅੱਜ ਵੀ ਧੱਕਾ ਹੋ ਰਿਹਾ। ਮੈਂ ਸਮਝਦਾ ਕਿ ਉਹ ਲੋਕ ਇਸ ਗੱਲ ਤੋਂ ਬਾਜ਼ ਆ ਜਾਣ, ਨਹੀਂ ਤਾਂ ਮਜਬੂਰ ਸਾਨੂੰ ਹੋ ਕੇ ਸੜਕਾਂ 'ਤੇ ਉਤਰਨਾ ਪਏਗਾ ਔਰ ਉਹਨਾਂ ਦਾ ਘਰਾ ਕਰਨਾ ਪਏਗਾ। ਜੈ ਭੀਮ ਜੈ ਭਾਰਤ। ਨਹੀਂ, ਮੈਂ ਸਮਝਦਾ ਕਿ ਸਭ ਤੋਂ ਪਹਿਲੇ ਤਾਂ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਮੈਂ MP ਹਾਂ ਔਰ ਇਹ ਸਾਰੇ ਉਹ ਲੋਕ ਆ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ, ਔਰ ਦੂਸਰੀ ਸ਼ਾਇਦ ਉਹਨਾਂ ਨੂੰ ਕੋਈ ਗਲਤ ਜਾਣਕਾਰੀ ਦੇ ਰਿਹਾ ਔਰ ਸਾਡੇ MP ਸਾਹਿਬ ਵੀ ਬਹੁਤ ਸਮਝਦਾਰ ਹੈ। ਮੈਂ ਸਮਝਦਾ ਕਿ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਡੀਪਲੀ ਖੰਗਾਲ ਲੈਣ, ਕੋਈ ਡਾਕੂਮੈਂਟਸ ਲੈ ਲੈਣ ਔਰ ਸਹੀ ਜਾਣਕਾਰੀ ਲੈ ਕੇ ਉਹ ਜਿਹੜਾ ਉਹਦੇ ਉੱਤੇ ਆਪਣੀ ਰਾਏ ਰੱਖਣ, ਨਾ ਕਿ ਸੁਣੀ ਸੁਣਾਈ ਗੱਲਾਂ ਦੇ ਉੱਤੇ ਉਹਨਾਂ ਦੀ ਛਵੀ ਖਰਾਬ ਹੋਏਗੀ, ਪਾਰਟੀ ਦੀ ਛਵੀ ਖਰਾਬ ਹੋਏਗੀ। ਤੁਹਾਡਾ ਕੋਈ ਵਫ਼ਦ ਮਿਲਣ ਜਾਏਗਾ ਗੁਰਜੀਤ ਸਿੰਘ ਔਜਲਾ ਨੂੰ? ਜੀ
जरूर ये सारे डॉक्यूमेंट्स जो अज तुहानू मीडिया सामने दसे गए ने और मैं समझदा कि आम लोगों की आवाज़ गरीबों की आवाज़ दबले कुचले लोगों की आवाज़ जी मीडिया ये तुम भी वड्डा रोल अदा करोगे और जो फैक्ट तुहाडे सामने आए हैं साड़ी आवाज़ नूं तुसीं भी जरूर बुलंद करोगे और जल्दी ही असी कल ही कोशिश करांगे कि ओजला जी ने एक मैन टू मैन मीटिंग करके उन्हां नूं ये सारा जिहड़ा इहदे बारे सही जानकारी दित्ती जा सके। भीम जयपाल अपना नाम दस्स दे। मेरा नाम शाम लाल है जी, मैं लीगल एडवाइजर पंजाब अंबेडकर समाज का मैंबर हाँ और ये जी सारी प्रोसीडिंग चल रही है, लीगल प्रोसीडिंग चल रही है। पांच किले की जी एक्सपर्टी डिग्री हुई है वो 6 महीने बाद असी जो राइट है जो कोर्ट ने सानू दिता उन्होंने असी इंप्लीमेंट कर रहे हैं। उस तो बाद जो एक जो सैकंड साडा टॉपिक है 18 किले 141 कनाल 12 मरले डिसीजन नाउ पेंडिंग इन द हाई कोर्ट, वो जनरल सिंह और अजैब सिंह दो परिवार ने वो इफेक्टिव ने जिन्होंने डिमोलिश किया गया 4-5 साल पहला उन्होंने सड़क से लिया गया सियालों के अज भी बच्चे धक्के खाते हैं। मानजो कोर्ट वालों उन्होंने सद्या गया उन्होंने अपनी हेयरिंग बुलाया गया कि दसया जाए स्पष्टीकरण दिता जाए कुछ नहीं जी। डिमोलिश करने तो बाद मानजो कोर्ट वाल कोई वो जी अपील जान तो ट्रस्ट ने सू बुलाया नहीं होया कि फस्ट ओनर ने एक होर अपील दायर कर दी हाई कोर्ट से सू समिंग आ गई वो असी उस अपील करके अपना वकील जरा जी वो कर लिया अपील वकील पेश हो रहा फस्ट ओनर का भी हो रहा तो जे सा जरनैल सिंह के जो मुजाहरे ने इन्हों का भी हो रहा हूँ जो 18 किले का जो फैसला आएगा कोर्ट का सू मंजूर है हूँ जो 5 किले का यह भी सू मंजूर है। नहीं सर जी यह जी गल कोई नहीं गई जब अभी बी पा लिया प्रोसीडिंग कंप्लीट SHO साहब कहें भी तुम कोई कल्टीवेट मैं क्या जी कल्टीवेट तो हो गई है अपनी जमीन जी असी कल्टीवेट कर ली बीज पा दिता अभी दोबारा थोड़ा पाँना तो हूँ इन दोबारा जी दोबारा कोशिश की जा रही है धमकाया जा रहा कि मसला हो गया जी इतने दातर लैके डैट इज़ रोंग ये सिर्फ चार्ज फ्रेम हो रहे ताकि इन्हों इन्हों कोई FIR दर्ज हो।